दस बार ओम गण गण गणपति का जप करके मां भगवती वैष्णो रानी जी की पावन पवित्र और सुंदरतम ज्योति दे और श्री गणपति महाराज के सब निमन के नाल फुल दी वर्षा करन।
ਉਹ ਸਭ ਤੋਂ ਪਹਿਲਾਂ ਨਵੀਂ ਦੀ ਮਹਾਰਾਣੀ ਦੇ ਚਰਨਾਂ 'ਚ ਬੈਠ ਗਈ। ਭਗਵਤੀ ਦੇ ਸੁੱਖ ਦੇ ਕਾਰੇ ਦਾ ਜੋਸ਼ ਬੜੀ ਸ਼ਰਧਾ ਦੇ ਨਾਲ ਇਸ ਪ੍ਰਭਾਤ ਵੇਲਾ ਵਿੱਚ ਮਾਤਾ ਦੇ ਚਰਨਾਂ 'ਚ ਕਰਕੇ ਮਾਤਾ ਬਾਜੀ ਨੇ ਸੁਪ੍ਰਭਾਤ ਦੇ ਵੇਲੇ ਮਾਂ ਕੋਲੋਂ ਮੰਗਣਾ ਹੈ ਕਿ ਮਾਂ ਕੱਲ ਯਾਤਰਾ ਤੇਰੇ ਦਰਬਾਰ ਚ ਆ ਰਹੀ ਹੈ, ਜਿੰਨੀ ਵੀ ਸੰਗਤ ਤੇਰੇ ਦਰਬਾਰ ਦੇ ਵਿੱਚ ਆ ਕੇ ਤੇਰੀ ਹਾਜ਼ਰੀ ਹਜ਼ੂਰ ਵਿੱਚ ਤੇਰੇ ਦਰਸ਼ਨਾਂ ਵਾਸਤੇ ਆ ਰਹੀ ਹੈ, ਫੁੱਲਾਂ ਵਾਂਗੂ ਲੈ ਕੇ ਜਾਵੀ ਤੇ ਫੁੱਲਾਂ ਵਾਂਗੂ ਲਿਆਵੀ, ਹੱਸਦੇ ਜਾਈਏ ਖੇਡਦੇ ਆਈਏ ਤੇਰਾ ਦਾ ਕੀ ਪਾਣੀ, ਇਹ ਸੱਚੀਆਂ ਜੋਤਾਂ ਵਾਲੀ ਤ੍ਰਿਕੂਟ ਪਰਬਤ ਤੇ ਨਿਵਾਸ ਕਰਨ ਵਾਲੀ ਰਤਨਗੜ੍ਹ ਪਰਬਤ ਦੀ ਰਾਣੀ ਚੰਦਨ ਚੌਂਕੀ ਤੇ ਵਿਰਾਜਮਾਨ ਸਿੰਘਵਾਹਨੀ ਭਗਵਤੀ ਵੈਸ਼ਨੋ ਦੇਵੀ ਤੇਰੀ ਸੁੰਦਰ ਗੁਫਾ 'ਚ ਦੀਦਾਰ ਕਰਕੇ ਤੇਰੇ ਚਰਨਾਂ 'ਚ ਬੈਠ ਕੇ ਤੇਰੀ ਹਾਜ਼ਰੀ ਵਿੱਚ ਆ ਕੇ ਜਿੰਨੀ ਵੀ ਸੰਗਤ ਜੋ ਜੋ ਆਸਾ ਲੈ ਕੇ ਤੇਰੇ ਚਰਨਾਂ ਵਿੱਚ ਆਵੇ, ਆਦਿ ਸ਼ਕਤੀ ਕਲਿਆਣਕਾਰਨੀ ਸਭ ਦੀਆਂ ਸਮਰਾਤਾਂ ਪੂਰੀਆਂ ਕਰਕੇ ਨਿਹਾਲ ਕਰਕੇ ਝੋਲੀਆਂ ਭਰ ਕੇ ਲੋਟਾਣਾ ਆਪ ਦੇ ਦਰਬਾਰ ਦੇ ਬੱਚੇ ਹੋਏ ਆਪ ਦੇ ਚਰਨਾਂ ਵਿੱਚ ਆਵੇ। ਭਗਤੀ ਕੋਲੋਂ ਸ਼ਕਤੀ ਮੰਗਣੀ ਹੈ, ਹਿੰਮਤ ਮੰਗਣੀ ਹੈ, ਆਰਾਧਨਾ ਕਰਨੀ ਹੈ ਕਿ ਮਾਂ ਤੇਰੇ ਦਰਬਾਰ ਦੀ ਯਾਤਰਾ ਵਿੱਚ ਜਿੰਨੀ ਵੀ ਸੰਗਤ ਤੇਰੇ ਚਰਨਾਂ 'ਚ ਆ ਰਹੀ ਹੈ ਕਲਿਆਣ ਕਰਨਾ, ਝੋਲੀਆਂ ਭਰਨਾ, ਮੁਰਾਦਾਂ ਦੇਣੀਆਂ, ਖੁਸ਼ੀਆਂ ਵਰਤਾਨੀਆਂ, ਬੜੇ ਹੀ ਪਿਆਰ ਨਾਲ ਮਿਲ ਕੇ ਆਓ ਸੱਚੀਆਂ ਜੋਤਾਂ ਵਾਲੀ ਦੇ ਅੱਗੇ ਅਰਜ਼ਾ ਕਰੀਏ, ਪ੍ਰੇਮ ਨਾਲ ਬੈਠ ਕੇ ਹਾਜ਼ਰੀ ਭਰੀਏ, ਮਨ ਹੋ ਕੇ ਫੇਰ ਮਾਈ ਦਾ ਸੁੰਦਰ ਜੈਕਾਰਾ ਲਗਾਈਏ ਤਾਂ ਕਿ ਭਗਵਤੀ ਮਾਂ ਪ੍ਰਸੰਨ ਹੋਵੇ ਔਰ ਉਹਦੇ ਚਰਨਾਂ 'ਚ ਬੈਠ ਕੇ ਮਾਂ ਦੀ ਹਾਜ਼ਰੀ ਭਰ ਕੇ ਆਪਣੇ ਆਪ ਨੂੰ ਜੀਵਨ ਨੂੰ ਸਫਲ ਕਰੀਏ। ਬੜੇ ਪ੍ਰੇਮ ਨਾਲ ਇੱਕ ਵਾਰੀ ਫੇਰ
Yeah.
ਚਲ ਭਗਤਾ ਦੇਵਾ ਪਸੀਏ ਤੇ ਭੌਣਾ ਵਾਲੀ ਤੇ ਦਰਬਾਰ ਮਾਈ ਦੀ ਹਾਜ਼ਰੀ ਭਰਨ ਲਈ ਮਾਤਾ ਦੇ ਦਰਬਾਰ ਦੇ ਪਾਵਨ ਦਰਸ਼ਨਾਂ ਵਾਸਤੇ ਮੇਰਾ ਸਵਰਗ ਸ਼੍ਰੀ ਹੀਰਾ ਬੰਤ ਕੱਲ ਮਾਈ ਦੇ ਚਰਨਾਂ ਵਿੱਚ ਜਾ ਰਿਹਾ ਹੈ। ਇਹ ਭਗਵਤੀ ਚੰਨੀ ਕਲਿਆਣਕਾਰਨੀ ਔਰ ਭਗਵਤ ਦਰਬਾਰ ਦੇ ਵਿੱਚ ਬੈਠ ਕੇ ਸਜਨ ਮਿਲਿਆ ਚੰਦ ਚੜ ਪਿਆ ਹੋ ਗਏ ਮੁਖੜੇ ਲਾਲ ਬੁਲਾਲ ਚਲ ਪੱਤਾ ਦੇਵਾ ਪਰਸੀਏ ਪੌੜਾ ਵਾਲੀ ਦੇ ਦਰਬਾਰ। ਅੱਜ ਸ਼ੁਭ ਦਿਨ, ਬਹੁਤ ਹੀ ਪਵਿੱਤਰ ਦਿਨ ਹੈ। ਅੱਜ ਮਾਈ ਦੀ ਅਸ਼ਟਮੀ ਦਾ ਦਿਨ ਹੈ ਔਰ ਅਸ਼ਟਮੀ ਦੀ ਹਾਜ਼ਰੀ ਇਸ ਸਾਲ ਦੇ ਨਿਯਮਾਂ ਦੀ ਆਖਰੀ ਹਾਜ਼ਰੀ ਮਾਤਾ ਦੇ ਦਰਬਾਰ ਵਿੱਚ ਅਸੀਂ ਭਰਦੇ ਪਏ ਹਾਂ। ਕਲਿਆਣਕਾਰਕ ਸਵਰੂਪ ਸ਼੍ਰੀ ਗਣੇਸ਼ ਜੀ ਦੇ ਚਰਨਾਂ ਚ ਆਓ, ਪ੍ਰਾਰਥਨਾ ਗਾਈਏ। ਕਲਿਆਣਕਾਰੀ ਗਣੇਸ਼ ਜੀ ਆਪਣਾ ਬੜੀ ਪ੍ਰੇਮ ਨਾਲ ਪਿਆਰੀ ਰਚਨਾ ਗਣੇਸ਼ ਜੀ ਦੇ ਚਰਨਾਂ ਚ ਮਿਲ ਕੇ ਸਾਰੀ ਸੰਗਤ ਨੇ ਕੀ।
श्री Thank you.
Oh,
महाराज आज मारे हमारी माई दरबार की जय। माता रानी सबको हिम्मत बख्शे, शक्ति बख्शे, तंदुरुस्ती बख्शे, सब से संतना निवास करे, सब पहुंचा जो कटे कल्याण करे, चुनिया पर वाली गुफा निवासी परमवासी सिंहवाणी भगवती नव दुर्गा चरण जिन्नी भी संगत हाजरी हजूर की जावे महारानी कल्याण करके चोलियां भरे, जिन्होंने सदा आया उन्हों का भी कल्याण, जिन्होंने नहीं आया उन्हों का भी कल्याण। माता रानी सब का बेड़ा पार करने लिए बैठी है, बाजार कमाना मुश्किल अंदर मुड़ मुड़ सोच बेचारे, कोई उधेड़ बुन की बैठा है कि जावा कि ना जावा, किदों जावा किदों आवा, उदों एक्टिव कर जा सौ बार आ जा, उधेड़ बुन च लगा है। कहो प्रेम से जय माता, प्रेम से बोलो जय माता जी, उन्हों का भी कल्याण है। महारानी सत्य जरूर सब प्यार कर, कहो प्रेम से जय माता जी। आओ अगले राजा का सब स्वागत करिए, अरे प्यारे बोल मिल के मानो सुना के अच्छा। Yeah.
तेरे चावा नारा चलेगा, तेरे चावा नारा, तेरे चावा तेरे चावा नारा चलेगा Yeah.
Bye.
ਜੈ ਚਲ ਦਰਸ਼ਨ ਨੂੰ ਭਗਤਾ ਤੈਨੂੰ ਮਾਤਾ ਬੁਲਾਉਂਦੀ ਭਈ ਤੇਰੀ ਉਡੀਕ ਕਰੇ ਮਾਲਕ ਸੰਸਾਰ ਦੀ ਇਹ ਮਹੰਜੀ ਮਹਾਰਾਣੀ ਦੇ ਚਰਨ ਪਰਤ ਨਗਾਰੇ ਹਨ ਆਉ ਪ੍ਰੇਮ ਨਾਲ ਸੋਚੀ ਸ਼੍ਰੀ ਧਰਮਪਾਲ ਨੂੰ ਲਿਖੀ ਵੰਦਨਾ ਮੈਂ ਇਹਦੇ ਚਰਨ ਚ ਗਾ ਕੇ ਅਨੰਦ ਲਈਏ ਉਹ ਵਰਨ ਦੀ ਹਾਜ਼ਰੀ ਕਰੋ Hey, hey, hey.
ਤੋਂ ਬਾਅਦ ਇੱਕ ਮਾਲਕਾਂ ਦੇ ਚਰਨਾਂ ਚ ਹੱਥ ਕਰਕੇ ਕਿਉਂਕਿ ਇਸ ਸਾਲ ਦੇ ਅੱਜ ਆਖਰੀ ਨੇਮ ਚ ਬੈਠੇ ਹਾਂ ਸਭ ਦਾ ਕਲਿਆਣ ਕਰੇ ਚੋਲੀਆਂ ਭਰੇ ਤੰਦਰੁਸਤੀ ਬਖਸ਼ੇ ਕੱਲ ਮਾਈ ਦੇ ਦਰਬਾਰ ਦੇ ਦਰਸ਼ਨਾਂ ਵਾਸਤੇ ਜਾਣਾ ਹੈ ਮਹਾਰਾਣੀ ਸਭ ਨੂੰ ਤੰਦਰੁਸਤੀ ਬਖਸ਼ੇ ਸਭ ਨੂੰ ਚੜ੍ਹਾਈਆਂ ਚੜ੍ਹਾਵੇ ਸਭ ਨੂੰ ਖੁੱਲੇ ਖੁੱਲੇ ਦਰਸ਼ਨ ਦੇਵੇ ਸਭ ਦੇ ਜੇਬੇ ਭਰ ਕੇ ਭੇਜੇ ਸਭ ਦਾ ਕਲਿਆਣ ਕਰੇ ਸਭ ਦੀਆਂ ਚੋਲੀਆਂ ਭਰੇ ਇੱਕ ਆਰਾਧਨਾ ਔਰ ਇੱਕ ਮਾਤਾ ਦੇ ਚਰਨ ਪ੍ਰਾਰਥਨਾ ਕਰਕੇ ਫਿਰ ਸਮਾਪਨ ਕਰਾਂਗੇ ਸੁਣਨਾ ਇੱਕ ਵਾਰੀ ਫੇਰ ਇਸ ਮੰਦਰ ਨੂੰ ਮਾਤਾ ਨੂੰ ਦੇਵਾਂਗਾ ਪਿਆਰ ਦੇ ਨਾਲ ਮਿਲ ਕੇ ਆਓ ਸੁੰਦਰ ਫੇਰ ਦਾ ਰਸਾ ਸਵਾਗਤ ਕਰੀਏ ਮਾਈ ਦਾ ਨਾਮ ਲੈ ਕੇ ਰਸਨਾ ਹੋਈ ਵੈਸ਼ਨੋ ਵਸੀਏ ਕਾਂਗੜੇ ਚ ਵਸੀਏ ਜਵਾਨਾ ਉਹ ਅੰਬੇ ਰਾਣੀ ਕਾਂਗੜੇ ਚ ਵਸੀਏ Thank you.
समापन करिए और सूचना दी है कि 8:30 बजे अपना सामान लेके आ जाओ ताकि समय से चलिए, अभिलाषा है रख के चलिए, आशा है रख के चलिए, क्योंकि आज से ही दुनिया कायम है। माता के दरबार विच के जाके मां कौलकुंद मुनि दे दर्शन पा सकिए। बाकी जो को माई की मर्जी होना ते हो कुछ है, कलम तेरी लिखे हुक्म तेरा चले, जो है तेरी रजा सो ही होकर।
मां ने चरना चाहो कुछ चरना प्रार्थना करके माता ने चरना बेनती मां ने कल्याण करे चोरियां करे और पूज्य माता का आशीर्वाद करे फिर से समाप्त करते हैं प्यारे प्यारे बोल फिर से बात करें Thank you.
बोलो सतगुरुदेव ओ मेरी माता जी तेरी रह Yeah.
ਸ਼ੁਕਰਾਨੇ ਦਾ ਭਜਨ ਭਾਈ ਦਾ ਸ਼ੁਕਰੀਆ ਅਸੀਂ ਇੱਥੇ ਬੈਠ ਕੇ ਦਰਬਾਰ ਵਿੱਚ ਕਰਾਂਗੇ। ਰਾਤ ਨੂੰ ਠੀਕ 9 ਵਜੇ ਭਾਈ ਦੀ ਜੋਤੀ ਦਾ ਪ੍ਰਕਾਸ਼ ਔਰ ਮਾਤਾ ਦਾ ਸ਼ੁਕਰਾਨਾ ਮਿਲ ਕੇ ਅਸੀਂ ਕਰਨਾ ਹੈ 22 ਦਸੰਬਰ ਸ਼ਨੀਵਾਰ ਵਾਲੇ ਦਿਨ। ਆਓ ਜਕਾਰਾ ਬੁਲਾ ਕੇ ਕੱਲ੍ਹ ਚੜ੍ਹਾਈਆਂ ਚੜ੍ਹੀਏ ਅਤੇ ਜਾ ਕੇ ਖੁੱਲ੍ਹੇ ਖੁੱਲ੍ਹੇ ਦਰਸ਼ਨ ਪਾਈ। ਲੱਖ ਲੱਖ ਰਾਣੀ ਮਾਂ ਆ
Thank you.
We are.